हाँ जी, तुहानू मेरे पिछे आंदे 2 साल हो गए। शुक्र है तू मैनू फोन किया, 2 साल हो गए सी तेरे पिछे फिरदे नू। बहुत प्यार करदा मैं तेनू। मैं तो तुहानू अजमांदी सीगी ते हुण मैनू पता लग गया तुसी मैनू बहुत प्यार करदे हो। अच्छा जी, अज आपां मिलदे हां, ठीक है? ओके ओके, बाय, लव यू। यार तू मैनू एक गल दस, तू मैनू हजे तक लव यू नहीं बोलिया। यार मैं तेनू कहा ना मैं तेनू प्यार करदा, मेरे तो लंडू आशकां वांगू लव यू नहीं कहा जांदा। अच्छा जी, टाइम पास तो नहीं करदे? पर नहीं नहीं, मैं कोई टाइम पास नहीं करदा, जो टाइम पास करदा तेनू कहा जांदा लव यू लव यू लव यू लव यू। एक गल दसो, तुहाडा इना रूड बिहेवियर क्यों आ? यार मैं है ही एवें दा, हुण मैं की करां? चेंज करो अपना बिहेवियर, क्योंकि हुण लाइफ च मैं आ गई तुहाडी। ठीक है जी। मैनू बहुत प्यास लगी है, पानी पीना मैं। ओ सी शॉप मैं ले के आ, एक मिनट। ठीक है, तुसी ले आओ, इन्ने नू मैं बैठी हूँ। उरे बैठ जाओ। आय हाय ओए, इन्नी सोहनी कुड़ी, उत्तों टॉप आया हुआ, दिले आ गया। आय हाय तेरा नखरा, तेनू पता नहीं असी कौन होंगे, चक लो रख लो वाले होंगे असी। आ ले पानी पीना है। थैंक यू। कौन सी है? मैनू नहीं पता, बहुत गलत निगाह नाल देख रहा सी। चल तू जा, आपां कल मिलते हैं। ठीक है, ध्यान नाल जाए। ठीक है। गल सुन ला मुंडिया, जे कदे मैनू हुण तू आ कुड़ी पिछे आउंदा देखिया ना, जानो ही मार दूं बंता मैं पागली। हनी कित्थे आ? बई उह तां हजे तक पहुंचया नहीं। कर गणा करदारी बरिंदर दी गैंग नाल रलिया होया सी, उह मुंडा पहली शक दी उस ते। बरिंदर ने अपने 2-3 कम पहला भी गाले ने, पर इस बार तां साले हत्थे करती उहने बंदी पट लिया। बड़ी इच्छता हथियार ने बई, पैसों का बैग तो है गया, उस समान थी 50 लाख के गोल्डन पिछे ना गिरदारी कर गया। पता गरीबा की मदद करते, उन्होंने हकों लिए खड़ते। मैनू नहीं पता जी साला इन्ना लालची निकलू बंदा, जिथे मिले ना सू उ गोली मार दौ। तो जो बंद की मेरे दिल च कोई जगह नहीं है कि भाई। चल भाई चलते हैं, इतनी तरह के बंदे पिछे लगते ने। चल ओए। हाँ फिर हनी,
ਉਹ ਜੇ ਤੂੰ ਮੈਨੂੰ ਉਹਨਾਂ ਤੋਂ ਸਿਆਣਾ ਲਿਆ ਕੇ ਦਿੱਤਾ ਤਾਂ ਕਰਾਤਾ ਨਾ ਤੈਨੂੰ ਕੈਨੇਡਾ ਸੈਟਲ। ਉਹਨਾਂ ਨੇ ਤੈਨੂੰ ਕੁਝ ਨਹੀਂ ਦੇਣਾ ਸੀ, ਮੰਨਦਾ ਨਾ ਤੇਰੇ ਬਾਈ ਦੀ ਪਾਵਰ ਨੂੰ। ਉਹ ਇਹੋ ਜਿਹੇ ਅੜੇ ਥੋੜ੍ਹੇ ਕੰਮ ਤਾਂ ਮਿੰਟਾਂ 'ਚ ਕਢਾ ਦਿੰਦੇ ਹਾਂ। ਜੈਕ ਮੇਰੀ ਗੱਲ ਸੁਣੋ, ਹੁਣ ਮੈਂ ਸੈਪਟੈਂਬਰ 'ਚ ਕੈਨੇਡਾ ਚਲੀ ਜਾਣਾ ਹੈ, ਮੇਰੇ ਕੋਲ ਸਿਰਫ 45 ਡੇਜ਼ ਰਹਿ ਗਏ। ਇਹ ਤਾਂ ਫਿਰ ਉਹੀ ਗੱਲ ਹੋਈ, ਕਹਿੰਦਾ ਪਲ ਪਲ ਬਦਲੇ ਰੰਗ ਕਦੇ ਇਤਵਾਰ ਨਾ ਕਰੀਓ, ਭੁੱਲ ਕੇ ਵੀ ਆਈਲੈਟਸ ਵਾਲੀ ਨੂੰ ਪਿਆਰ ਨਾ ਕਰੀਓ। ਮੈਂ ਤੈਨੂੰ ਬਹੁਤ ਪਿਆਰ ਕਰਦਾ ਯਾਰ, ਤੇਰੇ ਬਿਨਾਂ ਮੇਰਾ ਕੀ ਬਣੂਗਾ। ਪਿਆਰ ਤਾਂ ਤੈਨੂੰ ਮੈਂ ਵੀ ਬਹੁਤ ਕਰਦੀ ਹਾਂ, ਪਰ ਹੁਣ ਮੈਂ ਕੀ ਕਰਾਂ, ਸ਼ਾਇਦ ਇਹ ਆਪਣੀ ਲਾਸਟ ਮੁਲਾਕਾਤ ਹੈ। ਯਾਰ ਮੇਰੇ ਕੋਲ ਇੱਕ ਤਰੀਕਾ। ਕਿਹੜਾ? ਜੇ ਆਪਾਂ ਦੋਨੋਂ 30 ਦਿਨ ਇਕੱਠੇ ਰਹਿ ਲਈਏ, ਆਪਾਂ ਦੋਨੋਂ ਲਿਵਿੰਗ ਵਿੱਚ ਰਹਿ ਲੈਂਦੇ ਹਾਂ। ਪਾਗਲ ਹੈ ਯਾਰ ਤੂੰ, ਫਿਲਮੀ ਗੱਲਾਂ ਕਰੀ ਜਾਂਦਾ। ਫਿਰ ਫਿਲਮੀ ਗੱਲਾਂ ਕੀ ਨੇ, ਹੁਣ ਤੂੰ ਕੈਨੇਡਾ ਚਲੇ ਜਾਣਾ, 4 ਸਾਲ ਬਾਅਦ ਆਏਗੀ, ਉਹ ਤੱਕ ਮੈਂ ਤੇਰੀ ਯਾਦਾਂ ਸਾਰੇ ਕਿਵੇਂ ਜੀ ਲੂੰਗਾ। ਸਿਰਫ 1 ਮਹੀਨੇ ਦੀ ਤਾਂ ਗੱਲ ਆ। ਚੱਲ ਮੈਂ ਮੰਮਾ ਨਾਲ ਗੱਲ ਕਰਕੇ ਦੇਖਦੀ ਹਾਂ, ਮੰਮਾ ਨੂੰ ਇੱਦਾਂ ਕਹਾਂਗੀ ਵੀ ਮੈਂ ਆਪਣੀ ਫਰੈਂਡਸ ਨਾਲ ਰਹਿਣਾ ਆ। ਤੂੰ ਦੇਖ ਲਾ, ਫਿਰ ਇੱਥੇ ਮੈਂ ਸ਼ਹਿਰ 'ਚ ਹੀ ਕੋਠੀ ਲੈ ਲੂੰਗਾ, 25,000 ਦੀ ਕੋਠੀ ਮਿਲ ਜੂਗੀ, ਉੱਥੇ ਆਪਾਂ ਦੋਨੋਂ ਰਹਿ ਲਾਂਗੇ। ਚੱਲ ਠੀਕ ਹੈ, ਮੈਂ ਘਰੇ ਗੱਲ ਕਰਦੀ ਹਾਂ ਮੰਮੀ ਨਾਲ। ਜੈਕ ਆ ਐਡਾ ਵੱਡਾ ਘਰ ਆਪਾਂ ਦੋਨਾਂ ਲਈ? ਹੋਰ ਮੈਂ ਚਾਹੁੰਦਾ ਸੀ ਕਿ 1 ਮਹੀਨਾ ਰਹਿ ਗਿਆ ਤੁਹਾਡਾ ਇੱਥੇ, ਆਪਾਂ ਦੋਨੋਂ ਇੱਕ ਦੂਜੇ ਨੂੰ ਇੰਨਾ ਪਿਆਰ ਕਰੀਏ ਕਿ ਉਮਰ ਤੱਕ ਯਾਦ ਰੱਖੀਏ। ਤੁਹਾਨੂੰ ਇਹ ਘਰ ਪਸੰਦ ਹੈ? ਹਾਂ ਬਹੁਤ ਨਾਈਸ ਹੈ, ਪਰ ਤੁਹਾਡੇ ਨਾਲੋਂ ਘੱਟ ਹੈ। ਚਲੋ ਅੰਦਰ ਚੱਲੀਏ, ਰੂਮ ਤਾਂ ਦਿਖਾ ਦਿਓ ਮੈਨੂੰ ਕਿੱਦਾਂ ਦੇ ਨੇ। ਹਾਂਜੀ ਚਾਹ ਮੈਂ ਬਣਾ ਦਿੰਦਾ, ਤੁਸੀਂ ਕਿਉਂ ਖੇਚਲਾ ਕਰਦੇ ਹੋ? ਉਹ ਕੋਈ ਨਹੀਂ, ਹੁਣ ਤਾਂ ਬਣ ਗਈ ਚਾਹ। ਚਲੋ ਬਣਾ ਦੇ ਫਿਰ। ਆਪਾਂ ਨੂੰ 15 ਦਿਨ ਹੋ ਗਏ ਉਰੇ ਰਹਿੰਦੇ ਨੂੰ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਲੰਘ ਗਏ। ਹੋਰ ਯਾਰ ਮੈਂ ਤਾਂ ਆਪ ਇਹ ਗੱਲ ਸੋਚਦਾ, ਜੋ ਤੂੰ ਕੈਨੇਡਾ ਚਲੀ ਗਈ ਫਿਰ ਮੇਰਾ ਕੀ ਬਣੂਗਾ, ਤੇਰੇ ਬਿਨਾਂ ਮੇਰਾ ਤਾਂ ਦਿਲ ਹੀ ਨਹੀਂ ਲੱਗਣਾ। ਕੈਨੇਡਾ ਜਾਣਾ ਸਿਰਫ ਮੇਰੇ ਇੱਕ ਡ੍ਰੀਮ ਹੈ। ਤੇ ਫਿਰ ਮੈਂ? ਤੁਸੀਂ ਵੀ ਮੇਰੇ ਇੱਕ ਡ੍ਰੀਮ ਹੋ। ਕੀ ਹੋਇਆ, ਐਵੇਂ ਸੀਰੀਅਸ ਗੱਲਾਂ ਨਾ ਕਰੋ, ਆਪਾਂ ਸਿਰਫ ਉਰੇ ਇੰਜੋਏ ਕਰਨ ਆਏ ਤਾਂ ਇੰਜੋਏ ਕਰਦੇ ਹਾਂ, ਜਸਟ ਚਿਲ। ਵੈਸੇ ਕਮਾਲ ਦੀ ਗੱਲ ਆ ਨਾ, ਮੈਨੂੰ ਤੇਰੇ ਪਿੱਛੇ ਫਿਰਦੇ ਨੂੰ 2 ਸਾਲ ਹੋ ਗਏ ਸੀ, ਜੇ ਤੂੰ ਮੈਨੂੰ ਨਾ ਹੁਣ ਹਾਂ ਨਾ ਕਰਦੀ ਮੈਂ ਕਿਸੇ ਹੋਰ ਨੂੰ ਪ੍ਰਪੋਜ਼ ਲਾ ਦਿੰਦਾ। ਇੱਦਾਂ ਕਿੱਦਾਂ ਹੋ ਸਕਦਾ ਸੀ, ਮੈਂ ਤਾਂ ਤੈਨੂੰ ਸਿਰਫ ਪਰਖਦੀ ਸੀਗੀ। ਅੱਛਾ ਚੱਲ ਵਧੀਆ, ਜੇ ਮੈਂ ਇੰਨਾ ਟਾਈਮ ਸਬਰ ਕਰਿਆ ਅੱਜ ਤੂੰ ਮੇਰੇ ਨਾਲ ਹੈ। ਹਾਂ ਇਹ ਤਾਂ ਗੱਲ ਸਹੀ ਆ, ਕਿੰਨਾ ਕੁ ਪਿਆਰ ਕਰਦੀ ਹੈ ਮੈਨੂੰ। ਆਪਾਂ ਇਕੱਠੇ ਰਹਿੰਦੇ ਹਾਂ, ਇੰਨੀ ਕੇਅਰ ਕਰਦੇ, ਇਹ ਤੋਂ ਵੱਧ ਪਿਆਰ ਕੀ ਹੋ ਸਕਦਾ ਹੁਣ। ਐਵੇਂ ਕਿਉਂ ਦੇਖੀ ਉਹਨੇ ਮੈਨੂੰ? ਹੁਣ ਮੈਂ ਤੈਨੂੰ ਦੇਖੂੰਗਾ ਤੇ ਫਿਰ ਦੇਖੂੰਗਾ ਕਿਹਨੂੰ।
चल चंगा जैक, मैं चल दिया, तू ध्यान रखी अपना। यार हजे 5 दिन होर पे ने, रुक जा, देखिया मैं क्यों कर दिया। जैक तू पागल है, मैं करे जा की तैयारी भी करनी है कैनेडा जान दी, तू किदा दी गल्ला कर रहे हैं। चल ठीक है, सैड ना हो, मैं तेनू उठे जाके कॉल कर दी रहांगी। चल आ जा, टेंशन ना ले, नले मेरे जान मगरो सुधर जी, आप दा रूड बिहेवियर चेंज कर ली। ठीक है। जे रोया मैनू याद करके वे तेनू सौ लगे मेरे प्यार दी, जे रोया मैनू याद करके वे तेनू सौ लगे मेरे प्यार दी, जे रोया मैनू याद करके। यार मेरा तो तेरे बिना दिल ही नहीं लगता, मैं तो सारा दिन उत्थी बैठा रहना जिथे आप रेंदे सी, उतो मैनू तेरी हुण भी खुशबू आउंदी आ। हाँ जी पुत, मैं ये दसना सी भी मैं घट गल करया करांगी, बिकॉज ओ पूरे काम बहुत हुंदा। चल अपना ध्यान रखी ते गल करदी रहा करी, मेरा दिल घबराई जांदा यार। ओके ओके, आई लव यू। Love you. चलो भाई मर गया। हाँ पुत, वो बस कुछ नहीं, मैं ना मार्केट आया सी, मैं चल कुछ समान ले जाना खाने वास्ते। चल तू जा कॉलेज फिर, बाय, मिस यू। चलो भाई मर गया भाई, वे चलो भाई। वो फिक्र ना कर, फिक्र ना कर, उठ। तेरे तो गोली बची हुई है भाई, फिक्र ना कर, मेरा घर नेड़े ही है भाई, मैं थोड़ी तो रह जाता। भाई हो चरा, हो चल। हाँ भाई, मैं कितने आ गया, इतने मैनू कौन लेके आया? भाई और मेरा इंतजार करते उन्हें। ओ भाई किधर गया, कमाल दी गल आई यार, गेट खुला, उतर लंघ गया ना, मैनू तो ना पता सी ना कोई अता पता। चल पता नहीं की गल होगी, वो ठीक भी हो कि ना, मेरा फोन नहीं चकदी। चल दोबारा ट्राई करके देखदा।
ਉੱਥੇ ਮੈਂ ਜਾ ਵੀ ਨਹੀਂ ਸਕਦਾ ਜੇ ਕਿਤੇ ਤੇ ਪੰਜਾਬ 'ਚ ਹੁੰਦੀ ਜਾ ਵੀ ਆਉਂਦਾ ਦੇਖਣ ਵੀ ਠੀਕ ਆ ਕਿ ਨਾ ਚੱਕ ਲਾ ਫੋਨ ਯਾਰ ਐਵੇਂ ਕਿਉਂ ਕਰਦੀ ਹੈ ਤੂੰ यार पागल है तू यार पागल है तू यार तू पागल है तेनू समझ नहीं लगती हैगी जो तो कहते एक बारी मैं नहीं गल करनी हैगी तू मेनू डेली 150 कॉल्स करदा मैं वेली थोड़ी हूं मैं उरे काम कर करन आई हूं यार काम कर बेशक तू मैं कहता तेनू काम तो रोकता तू मेरे नाल गल कर लिया कर यार हफ्ता हो गया ना तू मेरे नाल गल करती ना मेरे मैसेज का रिप्लाई कर दी कोई यार मैं नहीं कर सकती तेनू कॉल जो इंडिया से वो इंडिया ही रह गया यार एवें की इंडिया रह गया प्यार तो यार प्यार ही हुंदा हुण अपने विच कोई रिलेशन नहीं है एक बात बता दो यादों में क्या तुम हमसे अब भी मोहब्बत करते हो एक बात बताओ तो यादों में मरते हो क्या तुम हमसे अब भी मोहब्बत करते हो तुम जिनके हो अभी उनके बारे में बताना क्या आता है उनको तुम्हें केक चोर सी वे तेनू सो लगे मेरे दार दी जे रोया मैनू याद करके वे तेनू सो लगे मेरे दार दी जे रोया मैनू याद करके वे तेनू सो लगे मेरे प्यार दी जे रोया मैनू याद करके पल पल बदले रंग कदे इतवार ना करियो भुल के भी आयलस वाली नू प्यार ना करियो किथे गई तेरे दिल दी राणी ओदी दित्ती हुई मुंदरी नित है सवाल पुछदी किदे गम विच पिंदा है मैनू नित है शराब पुछदी नित है शराब पुछदी हुण मेरा इस दुनिया ते कोई नहीं मैनू मर ही जाना चाहिंदा ਜਿਨ੍ਹਾਂ ਨੇ ਤੈਨੂੰ ਦੇਖਿਆ ਸੀ ਹੁਣੇ ਇਹ ਅੱਖੀਆਂ ਰੋਂਦੀਆਂ ਨੇ ਸਾਰੀ ਰਾਤ ਜਾਗ ਕੇ ਨਿਕਲ ਜਾਂਦੀ ਪਰ ਇਹ ਨਾ ਸੌਂਦੀਆਂ ਨੇ छोटे हाँ जी भाई
वो अनाथ आश्रम का हो गया काम कंप्लीट। हुण जिन्ने भी कहना गरीब बच्चे होणगे सारे उत्ते पढ़ लिख जाणगे, इन्हां नूं पालन पोषण वधिया होजूगा। सही गल है बई। चल बई चलदे आ। अड भाई रुकी, ओ की हो गया बई? अरे तां मैनूं उही मुंडा लगदा जिन्हें मेरी जान बचाई सी, पर मैनूं इक गल दी समझ नहीं आउंदी, इहदी इह हालत किहने कीती होणी? ਕੋਈ ਦੀ ਹਾਲਤ ਫਿਰ ਇਹ ਕਿਹਨੇ ਕੀਤੀ ਬਾਈ? ਪਤਾ ਨਹੀਂ ਯਾਰ ਇਹਦੀ ਹਾਲਤ ਕਿਹਨੇ ਕੀਤੀ ਆ। ਬਾਈ ਤੂੰ ਇੱਦਾਂ ਕਰ, ਡਿਲੀਵਰੀ ਆਪਾਂ ਕੱਲ੍ਹ ਨੂੰ ਦੇ ਦਾਂਗੇ, ਇਹਨੂੰ ਆਪਾਂ ਨਾਲ ਲੈ ਕੇ ਚੱਲਦੇ ਹਾਂ। ਉਹ ਡਿਲੀਵਰੀ ਵੀ ਜ਼ਰੂਰੀ ਆ, ਚੱਲ ਇਹ ਪੰਡਤ ਪਹੁੰਚਾ ਦੂਗਾ। ਚੱਲ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ। ਉਹ ਛੋਟ ਆ ਜਾ ਹੋਊਗਾ, ਇਹਦਾ ਮੈਨੂੰ ਕਰਮਾ ਦਾ ਮਾਰਿਆ ਲੱਗਦਾ ਕੋਈ। ਠੀਕ ਹੈ ਜੀ, ਠੀਕ ਆ। ਨਾ ਕੁਛ ਬੋਲਦਾ ਕੁਛ ਖਾਂਦਾ, ਬਸ ਉਹ ਵੀ ਸੁਣਨ ਜਾ ਬੈਠਿਆ ਜਿਵੇਂ ਤੁਸੀਂ ਦੇਖਿਆ ਸੀ। ਹਾਂ ਹਾਂ, ਜਿਹੜੀ ਤੁਸੀਂ ਦਵਾਈ ਦੇ ਕੇ ਗਏ ਤੇ ਨਾ, ਉਹ ਤਾਂ ਇਹਦੇ ਅਸਰ ਹੀ ਨਹੀਂ ਕਰ ਰਹੀ। ਟੀਕਿਆਂ ਦਾ ਅਸਰ ਵੀ ਨਹੀਂ ਹੋਇਆ ਤੇ ਤਾਂ ਫਿਰ ਹੁਣ ਕਿਵੇਂ ਕੀਤਾ ਜਾਵੇ? ਜਾਂ ਤਾਂ ਫਿਰ ਦੇਖ ਲਓ ਬਿਜਲੀਆਂ ਲਵਾ ਦੇਣੇ ਇਹਦੇ, ਨਹੀਂ ਫਿਰ ਫਿਰ ਇਹਨੂੰ ਡੋਜ਼ ਦੇ ਕੇ ਦੇਖ ਲੈਂਦੇ ਹਾਂ। ਤਕੜੀ ਡੋਜ਼ ਦੇਣੀ ਪਊਗੀ, ਫਿਰ ਸਮਾਨ ਤਾਂ ਸਾਡੇ ਲੈ ਪਿਆ, ਉਹਦੀ ਡੋਜ਼ ਦੇ ਦਾਨੇ ਇਹਨੂੰ। ਹਾਂ ਹਾਂ, ਮਟੀਰੀਅਲ ਤਾਂ ਵਾਧੂ ਪਿਆ ਸਾਡੇ ਲਵੇ। ਹਾਂ ਹਾਂ, ਚੱਲ ਚਲੋ ਠੀਕ ਆ ਜੀ, ਫਿਰ ਦੇ ਕੇ ਦੇਖਦੇ ਹਾਂ। ਓਕੇ ਜੀ। ਛੋਟੇ ਉਰੇ ਆ, ਐਂ ਕਰ ਸਮਾਨ ਚੱਕ ਲਿਆ, ਉਹਦੀ ਸੁਪਰ ਡੋਜ਼ ਚੱਕ ਲਈ, ਜਲਦੀ ਆ ਜੀ। ਉਹ ਇਹ ਬੋਲਦਾ ਕਿ ਨਹੀਂ ਕਿ ਗੂੰਗੀ ਹੈ ਇਹ? ਨਾ ਨਾ ਬਾਈ ਬੋਲਦਾ, ਮੈਂ ਇਹਦੇ ਬਾਰੇ ਸਭ ਪਤਾ ਕਰ ਲਿਆ। ਇਹ ਬਚਪਨ ਤੋਂ ਅਨਾਥ ਆ ਅਤੇ ਇੱਕ ਕੁੜੀ ਨੂੰ ਪਿਆਰ ਕਰਦਾ ਸੀ, ਅਤੇ ਇਹਨੂੰ ਛੱਡ ਕੇ ਕੈਨੇਡਾ ਚਲੀ ਗਈ। ਹੁਣ ਇਹ 6 ਮਹੀਨਿਆਂ ਤੋਂ ਇੱਕ ਕਮਰੇ ਦੇ ਵਿੱਚ ਬੰਦ ਰਹਿ ਰਿਹਾ ਸੀ। ਇਹ ਤਾਂ ਕਿਸੇ ਨੇ ਚੱਕ ਕੇ ਰੋਡ 'ਤੇ ਬਿਠਾ ਤਾ, ਉਹ ਤਾਂ ਅਚਾਨਕ ਆਪਣੀ ਨਿਗਾਹ ਪੈ ਗਈ। ਲੈ ਲਾ ਲਾ ਬਾਈ, ਲਾ 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 ਬਾਈ। ਓਏ ਲਾ ਲਾ, ਇਹ ਫੇਰੇ ਠੀਕ ਹੋਏਗਾ, ਫੇਰੇ ਤੈਨੂੰ ਤੇਰੀ ਕੈਨੇਡਾ ਵਾਲੀ ਲੈ ਪਹੁੰਚਾਵਾਂਗੇ, ਇਸ ਨਾਲ ਠੀਕ ਹੋਏਗਾ। ਲੈ ਲਵਾ ਲਾ ਕਰ ਬਾਈ, ਲਾ 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 ਲਾ, ਇਹਨੂੰ ਫੇਰੇ ਠੀਕ ਹੋਏਗਾ ਪਤੰਦਰਾ। ਉਹ ਲਾ 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 ਲਾ, ਹੁਣ ਖੁੱਲੀ ਨਾ ਤੇਰੇ ਦਿਮਾਗ ਦੀਆਂ ਨਾੜਾਂ, ਹੁਣ ਚੱਲੂ ਤੇਰਾ ਖੂਨ ਸਹੀ ਦਿਸ਼ਾ 'ਚ। ਉਹ ਠੀਕ ਆ, ਬੋਲ ਕੁਛ। ਠੀਕ ਆ ਬਾਈ, ਸੱਚੀ ਗੂੰਗਾ ਨਹੀਂ ਗਿਆ ਤਾਂ ਬੋਲਦਾ। ਪੰਡਤਾ ਆਹ ਬੰਦਾ, ਉਹ ਜੀ ਤੈਨੂੰ ਗੱਲ ਕਰਦਾ ਸੀ ਮੈਂ, ਇਹ ਤਾਂ ਬਾਈ ਕਿਤੇ ਦੇਖਿਆ ਹੋਇਆ ਲੱਗਦਾ ਮੈਂ। ਉਹ ਤੈਨੇ ਕਿੱਥੇ ਵੇਖ ਲਿਆ ਇਹ? ਜੇ ਕਦੇ ਮੈਨੂੰ ਹੁਣ ਤੂੰ ਆਹ ਕੁੜੀ ਪਿੱਛੇ ਆਉਂਦਾ ਦੇਖਿਆ ਨਾ, ਚਾਨੋ ਮਾਰ ਦੂੰ ਪੰਤਾ, ਮੈਂ ਪਾਗਲ ਹੀ ਹਾਂ। ਮੈਂ ਤਾਂ ਇਹਦੀ ਸਹੇਲੀ ਨੂੰ ਕਮੈਂਟ ਜਿਹਾ ਮਾਰਿਆ ਸੀ, ਤੈਨੇ ਮੇਰਾ ਗੁਲਾਮਾ ਪਾਲਿਆ ਸੀ। ਉਹ ਪੰਡਤਾ ਤੈਨੂੰ ਕਿੰਨੇ ਵਾਰ ਕਿਹਾ ਤੂੰ ਇਹੋ ਜਿਹਾ ਕੰਮ ਨਾ ਕਰਿਆ ਕਰ, ਬੰਦਾ ਤਾਂ ਫਿਰ ਮੈਨੂੰ ਇਹ ਕੰਮ ਦਾ ਲੱਗਦਾ ਅਤੇ ਦਿਮਾਗ ਤੋਂ ਵੀ ਕਰੈਕ ਆ ਇਹ, ਕੰਮ ਤਾਂ ਆਪਣਾ ਇਹੀ ਕਰ ਦੂਗਾ। ਮੈਨੂੰ ਇੰਨਾ ਤਾਂ ਪਤਾ ਤੂੰ ਬੇਸਹਾਰਾ, ਅਤੇ ਹੁਣ ਤੇਰੀ ਜ਼ਿੰਦਗੀ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਆ। ਮੈਂ ਸੁਣਿਆ ਤੂੰ ਇੱਕ ਕੁੜੀ ਨੂੰ ਜਾਣ ਤੋਂ ਵੱਧ ਪਿਆਰ ਕਰਦਾ ਸੀ, ਅਤੇ ਉਹਨੇ ਤੈਨੂੰ ਦਿੱਤਾ ਧੋਖਾ, ਬਸ ਤੂੰ ਹੁਣ ਇੱਕ ਧੋਖੇਬਾਜ਼ ਨੂੰ ਮਾਰਨਾ। ਬੋਲ, ਕਰੇਗਾ ਮੇਰਾ ਕੰਮ, ਮਾਰੇਗਾ ਉਸ ਧੋਖੇਬਾਜ਼ ਨੂੰ? ਧੋਖੇਬਾਜ਼ ਨੂੰ ਬਾਈ ਜੀਣ ਦਾ ਕੋਈ ਹੱਕ ਨਹੀਂ, ਜ਼ਰੂਰ ਮਾਰਵਾਂ। ਅੱਲਾ ਕੇ ਨਾਮ ਪਰ 10 ਰੁਪਏ ਦੇ ਦੋ, ਗਰੀਬ ਆਦਮੀ ਹੂੰ। ਅੱਲਾ ਕੇ ਨਾਮ ਪਰ 10 ਰੁਪਏ ਦੇ ਦੋ, ਗਰੀਬ ਆਦਮੀ ਹੂੰ। ਅੱਲਾ ਕੇ ਨਾਮ ਪਰ 10 ਰੁਪਏ ਦੇ ਦੋ, ਗਰੀਬ ਆਦਮੀ ਹੂੰ। ਅੱਲਾ ਕੇ ਨਾਮ ਪਰ 10 ਰੁਪਏ ਦੇ ਦੋ, ਗਰੀਬ ਆਦਮੀ ਹੂੰ। ਉਹ ਕੀ ਹੋ ਗਿਆ ਬਾਬਾ, ਹੋਰ ਕੀ ਚਾਹੀਦਾ ਤੈਨੂੰ? ਤੇਰੀ ਜਾਨ ਚਾਹੀਦੀ ਆ।
ਸਾਲਿਆ ਗਾਂਡੂ ਆ ਤੂੰ, ਇੰਨੀ ਤੜਫਾ ਤੜਫਾ ਕੇ ਮਾਰਨ ਦੀ ਕੀ ਲੋੜ ਸੀ, ਦੋ ਗੋਲੀਆਂ 'ਚ ਮਰ ਜਾਂਦਾ। ਸਾਲੇ ਸਰੀਏ ਨਾਲ ਕਿਵੇਂ ਨਾਸ ਮਾਰਿਆ। ਡਿੱਗਦੇ ਬੈਗ ਡਿੱਗਦੇ ਸੋਨੇ ਦੇ ਬਿਸਕੁਟ ਨੇ ਚਾ ਪੜਦਾ ਧਿਆਨ ਨਾਲ ਡਿੱਗਦੇ। ਬਹਿ ਜਾ ਤੂੰ ਵੀ ਪੜਦਾ। ਸੋਨੇ ਦੇ ਪੱਤੇ ਤੇ ਸੋਨੇ ਦੀਆਂ ਡੱਬੀਆਂ ਤੇ ਸੋਨੇ ਦੇ ਬਿਸਕੁਟ ਆ ਬਾਈ। ਆ ਬੰਦਾ ਕਿਵੇਂ ਆ? ਇਹ ਤਾਂ ਬੰਦਾ ਪੂਰਾ ਵਫ਼ਾਦਾਰ ਆ, ਇਹਨੂੰ ਤਾਂ ਕੋਈ ਪੈਸੇ ਨਾਲ ਮੋਹ ਹੀ ਨਹੀਂ ਹੈਗਾ ਪਤੰਦਰ ਨੂੰ। ਮੈਨੂੰ ਤਾਂ ਕਿਸੇ ਚੀਜ਼ ਨਾਲ ਮੋਹ ਨਹੀਂ ਹੈਗਾ ਬਾਈ ਹੁਣ। ਉਹ ਕੋਈ ਨਾ, ਤੇਰੀ ਲਾਈਫ ਸੈੱਟ ਕਰ ਦਾਂਗੇ ਅਸੀਂ, ਫਿਕਰ ਨਾ ਕਰ। ਆਹ ਪੰਡਤਾ ਸਾਡੇ 'ਤੇ ਆ ਜੀ ਹੱਥ ਨੇ, ਲੈ ਇਹਨੂੰ ਲੈ ਜਾ। ਬੋਲ ਵੀ ਲਿਆ ਕਰ ਕਦੇ। ਓ ਸੁਣਦਾ ਨੀ, ਤੈਨੂੰ ਕਹਿ ਰਿਹਾ ਹਾਂਜੀ ਬਾਈ। ਕੀ ਕੰਮ ਅਸੀਂ ਫੋਨ ਕਰ ਰਹੇ ਸੀ? ਕੰਮ ਤਾਂ ਬਹੁਤ ਵੱਡਾ ਪੰਡਤਾ, ਇੱਕ ਬੰਦਾ ਮਾਰਨਾ, ਬਿਜ਼ਨਸਮੈਨ ਆ ਉਹ, ਲੋਕਾਂ ਨਾਲ ਧੋਖੇ ਕਰਦਾ, ਜ਼ਮੀਨਾਂ ਹੜੱਪਦਾ, ਉਹਦਾ ਮੁੰਡਾ ਮਾਰਨਾ, ਬਾਹਰੋਂ ਆ ਰਿਹਾ ਉਹ 5 ਸਾਲ ਬਾਅਦ। ਬਾਈ ਉਹਦਾ ਮੁੰਡਾ ਕਿਉਂ ਮਾਰਨਾ? ਤੈਨੂੰ ਪਤਾ ਨਾਲੇ ਆਪਾਂ ਬਿਨ ਕਸੂਰ ਤੋਂ ਕਿਸੇ ਨੂੰ ਮਾਰ ਦੇਣੀ। ਤੈਨੂੰ ਪਤਾ ਹੀ ਆ ਪੰਡਤਾ, ਆਪਾਂ ਬਿਨਾਂ ਕਸੂਰ ਤੋਂ ਅੱਜ ਤੱਕ ਇੱਕ ਬੰਦਾ ਨਹੀਂ ਮਾਰਿਆ। ਉਹ ਬਾਪ ਉੱਤੇ ਨੇ ਨਾ ਪੰਜਾਬ 80 ਕਿੱਲੇ ਦੱਬਲੇ ਕਿਸਦੇ, ਲੋਕਾਂ ਨਾਲ ਬਹੁਤ ਧੋਖਾ ਧੜੀ ਕੀਤੀ ਉਹਨਾਂ ਨੇ। ਧੋਖੇਬਾਜ਼ ਨੂੰ ਇਸ ਦੁਨੀਆਂ 'ਤੇ ਜੀਣ ਦਾ ਕੋਈ ਹੱਕ ਨਹੀਂ, ਉਹਨੂੰ ਮਰ ਜਾਣਾ ਚਾਹੀਦਾ। ਵਾਹ ਉਹ ਮੁੰਡਿਆ, ਬੋਲਦਾ ਘੱਟ ਆ ਪਰ ਜਿੰਨਾ ਬੋਲਦਾ ਜ਼ਬਰਦਸਤ ਬੋਲਦਾ। ਪੰਡਤਾ ਬੰਦਾ ਅੱਜ ਬਾਜ਼ਾਰ ਵਿੱਚ ਮਾਰਨਾ, ਬਸ ਆਹ ਲਾਸਟ ਕੰਮ ਕਰਦੇ, ਉਦੋਂ ਬਾਅਦ ਤੇਰੀ ਲਾਈਫ ਸੈੱਟ। ਭਈਆ ਜ਼ਿੰਦਗੀ ਤੁਹਾਡੀ ਵਾ, ਜੇ ਤੁਸੀਂ ਨਾ ਹੁੰਦੇ ਮੈਂ ਤਾਂ ਪਿਆਰ ਵਿੱਚ ਪਾਗਲ ਹੋ ਕੇ ਸੜਕਾਂ 'ਤੇ ਮਰ ਜਾਣਾ ਸੀ। ਓਏ ਕੋਈ ਨਾ ਕੋਈ ਨਾ, ਦੁਖੀ ਨਹੀਂ ਹੋਈਦਾ, ਤੇਰੇ ਨਾਲ ਆ, ਜਦ ਵੀ ਜ਼ਰੂਰਤ ਪਈ ਨਾ ਤੇਰੇ ਨਾਲ ਖੜੇ ਹਾਂ। ਪੜਦਾ ਲੈ ਜਾ ਇਹਨੂੰ। ਚਲ ਬਾਈ। Wait bro, what the hell, who are you? Bhai kaun tu? Teri maut. Aage Jack, tu inna nu kyu maar rahe hai? Eh mere husband ne. Ek baat batao to, यादों में मरते हो क्या तुम, हमसे अब भी मोहब्बत करते हो? एक बात बताओ तो, यादों में मरते हो क्या तुम, हमसे अब भी मोहब्बत करते हो? तुम जिनके हो अभी उनके बारे बताना क्या आता है उनको, तुम्हें चुप करा चांदी ने रो रो के समंदर भर दिए, क्या तुम भी रो रो के नदी।
दिया भरते हो। कौन सी हो? कोई नहीं, मेरे नाल पढ़दा सी, हैगा कोई गुंडा मवाली। चलो आपा चलदे हां, आई विल ड्राइव इट। जान तो बद प्यार किया मैं तेनू, तो अज तेनू किसी होर नाल देख के मेरी तो जान ही निकल गई। तो इन्हें क्यों मार रहे हैं? ये मेरे हस्बैंड ने। तू ना एक धोखेबाज करके सानू धोखा दिता, तू तू भी हूँ एक धोखेबाज हाँ, तो साड़ी जिंदगी धोखेबाजा लिए कोई थान नहीं। बोल कुछ। प्यार करदा मैं उन्हों, जो असी तेरे लिए किया वो कड़ा नफरत सी, भाई समझते तेन अपना। पंडता इन्हू साले नू तू ही मार। अज तेनू मौका मिलया, कढ़ ला खार, मैं इन्हू मरदा देख सकता। भाइयां वांगू समझा सी इन्हू, मैं इन्हू मरदा नहीं देख सकता। मैं लगी लाइक कर दो, कमेंट कर दो, शेयर जरूर कर दियो, ते चैनल अपने कर लो सब्सक्राइब। ते जो असीं वीडियो दिखाने दारू की बोतल सिगरेट सब यूज किया मिल जाता, इदां दी गल्लबात होंदी है कि सोचो भी सच्ची करता वीडियो सब कुछ, ये सिर्फ एक्ट तक सीमित होंदा। ते साडियां वीडियो अपडेट्स लई ते साडे नाल कोई काम करना चाहुंदा पटियाले एरिया विच खास करके सानू इंस्टा ते मैसेज कर सकदा, साडी CID इत्थे शो कर दांगे इंस्टाग्राम दी। थैंक यू सो मच, तुसीं सानू इन्ना प्यार करदे हो, ते चैनल कर लो सबसक्राइब, ते घंट घंट करो कमेंट, असीं अगली वारी कमेंटां दे नाम भी बोल दांगे। किन्ना प्यार करदे हो, लव यू, स्ट्रगल लाइफ जिंदाबाद। तू भी आ जा, स्ट्रगल लाइफ जिंदाबाद। मोबाइल नीचे करना पड़ेगा।